ਸਮੁੱਚੇ ਵੱਲੋਂ ਫੈਸਲਾ ਲਿਆ ਗਿਆ ਕਿ 26 ਤਰੀਕ ਨੂੰ ਅੱਜ ਦੇ ਦਿਨ ਸਾਨੂੰ 7 ਮਹੀਨੇ ਹੋ ਗਏ ਬਾਰਡਰਾਂ ਤੇ ਬੈਠਿਆਂ ਨੂੰ ਇਹ ਅਸੀਂ ਇੱਕ ਸੰਵਿਧਾਨਕ ਤੌਰ ਤੇ ਜਿਹੜਾ ਸਾਡਾ ਸੂਬੇ ਦਾ ਮੁਖੀ ਆ ਰਾਜਪਾਲ ਉਹਨੂੰ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ 7 ਮਹੀਨਿਆਂ ਤੋਂ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਾਂ ਔਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਹੈਰਾਨ ਹੋਵੋਗੇ 22 ਜਨਵਰੀ ਤੋਂ ਲੈ ਕੇ ਕੇਂਦਰ ਦੀ ਕੋਈ ਸਾਡੇ ਨਾਲ ਮੀਟਿੰਗ ਨਹੀਂ ਹੋਈ ਆਖਣ ਨੂੰ ਕਹਿ ਦਿੰਦੇ ਅਸੀਂ ਫੋਨ ਕਾਲ ਤੇ ਬੈਠੇ ਹਾਂ ਉਧਰੋਂ ਤੋਮਰ ਕਹਿੰਦਾ ਅਸੀਂ ਗੱਲਬਾਤ ਵਾਸਤੇ ਤਿਆਰ ਹੈ ਨਾਲ ਦੀ ਨਾਲ ਹੀ ਸ਼ਰਤਾਂ ਰੱਖ ਦਿੰਦੇ ਆ ਕਿ ਕਾਨੂੰਨ ਵਾਪਸ ਨਹੀਂ ਲਏ ਜਾਣੇ ਹੈਰਾਨੀ ਦੀ ਗੱਲ ਹੈ ਜੇ ਕਾਨੂੰਨ ਵਾਪਸ ਨਹੀਂ ਲੈਣੇ ਸੀ ਇਸ ਤੋਂ ਪਹਿਲਾਂ ਸਾਡੇ ਨਾਲ 11 ਕੇ 12 ਮੀਟਿੰਗਾਂ ਕਾਹਦੇ ਵਾਸਤੇ ਕੀਤੀਆਂ ਸੀ ਜੇ ਅਸੀਂ ਸਾਡੀ ਪਹਿਲੇ ਦਿਨ ਤੋਂ ਜਦੋਂ ਤੋਂ ਚੱਲੇ ਆ ਲੋਕ ਇਹ ਹੁਣ ਇਕੱਲੇ ਪੰਜਾਬ ਦੀ ਗੱਲ ਨਹੀਂ ਇਹ ਸਾਰੇ ਹਿੰਦੁਸਤਾਨ ਦੇ ਭਾਰਤ ਦੇ ਜਿਹੜੇ ਲੋਕ ਆ ਉਹ ਉੱਠ ਖੜੇ ਆ ਤੁਸੀਂ ਇਹਦੇ ਇਹ ਇੱਕ ਮਿਸਾਲ ਸਮਝੋ ਕਿ ਵੇਖੋ ਜਿਹੜੇ ਅਡਾਨੀਆਂ ਅਬਾਨੀਆਂ ਦੀਆਂ ਗੱਲਾਂ ਚੱਲਦੀਆਂ ਸਰੋਂ ਆ ਜਿਹੜੀ ਉਹਨਾਂ ਨੇ ਸਟਾਕ ਕਰ ਲਈ ਅੱਜ ਬਾਜ਼ਾਰ ਦੇ ਵਿੱਚ ਸਰੋਂ ਦਾ ਜਿਹੜਾ ਤੇਲ ਆ 200 ਤੋਂ 250 ਰੁਪਏ ਲੀਟਰ ਹੋ ਗਿਆ ਜਿਹੜਾ ਕਿ ਪਿਛਲੇ ਸਮੇਂ 100 ਰੁਪਏ ਸੀ ਇਹ ਲੋਕਾਂ ਨੂੰ ਇੱਕ ਦੱਸਣ ਵਾਲੀ ਗੱਲ ਹੈ ਕਿ ਜਿਹੜਾ ਤੁਹਾਨੂੰ ਕਣਕ ਆਟਾ ਜਾਂ ਕੋਈ ਹੋਰ ਖਾਣ ਵਾਲੀਆਂ ਰਸਤਾ ਨਾ ਇਹਨਾਂ 'ਤੇ ਵੀ ਕਾਰਪੋਰੇਟ ਨੇ ਘਰਾਣਿਆਂ ਨੇ ਇਸ ਤਰ੍ਹਾਂ ਕਾਬੂ ਕਰਕੇ ਅਤੇ ਤੁਹਾਨੂੰ ਮਤਲਬ ਬਹੁਤੇ ਮਹਿੰਗੇ ਰੇਟਾਂ 'ਤੇ ਤੁਹਾਨੂੰ ਦੇਣਾ ਇਸ ਕਰਕੇ ਇਹ ਕਿਸਾਨ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਹੈ ਸਭ ਦੀ ਲੜਾਈ ਸਾਂਝੀ ਅਤੇ ਅਸੀਂ ਉੱਥੇ ਮੋਰਚੇ 'ਤੇ ਬੈਠੇ ਹਾਂ ਅਤੇ ਜਿਹੜਾ ਸਾਡਾ ਜਿਹੜਾ ਮੋਰਚਾ ਇਹ ਜਾਨਵਰਾਂ ਤੱਕ ਕੀੜਾ ਵੀ ਇੱਕ ਦਾਣੇ ਦੀ ਭਾਲ 'ਚ ਫਿਰਦਾ ਕੀੜਾ ਪਸ਼ੂ ਪੰਛੀ ਜਾਨਵਰ ਸਾਰਿਆਂ ਦਾ ਸੰਘਰਸ਼ ਲੜ ਰਹੇ ਹਾਂ ਅਤੇ ਮਹਾਰਾਜ ਖੁਦਾ ਦਾ ਸੰਘਰਸ਼ ਲੜਾਈ ਜਾਂਦਾ ਇਹ ਭੁੱਲ ਜਾਣ ਵੀ ਖਾਉਂਦੀ ਇਹ ਪਰੇਸ਼ਾਨ ਹੋਣਗੇ ਇਹ ਭੁੱਖੇ ਮਰਦੇ ਭੱਜ ਜਾਣਗੇ ਗਰਮੀਆਂ ਤੋਂ ਡਰ ਜਾਣਗੇ ਹਨੇਰੀਆਂ ਤੋਂ ਡਰ ਜਾਣਗੇ ਇਹ ਬਿਲਕੁਲ ਡਰ ਦੇਣਗੇ ਸਗੋਂ ਜਿਵੇਂ ਜਿਵੇਂ ਇਹ ਭੁੱਖ ਹੋਊਗੀ ਨਾ ਇਹਨਾਂ 'ਤੇ ਵੱਧ ਲੜਾਈ ਕਰਨਗੇ ਪਹਿਲਾਂ ਇਤਿਹਾਸ ਵੇਖ ਲਓ ਸਾਡਾ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਲੈਣਾ ਕਾਨੂੰਨ ਵਾਪਸ ਚੰਗਾ ਰਹਿ ਜਾਏਗਾ ਨਹੀਂ ਤਾਂ ਬੁਰਾ ਹਾਲ ਹੀ ਹੋਊਗਾ ਅੱਗੇ ਜਿਹਨੇ ਪੰਗੇ ਲਏ ਆ ਆਪਣੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਨਾਲ ਜਵਾਨਾਂ ਨਾਲ ਉਹਨਾਂ ਦਾ ਬੁਰਾ ਹਾਲ ਹੀ ਹੋਇਆ ਅਤੇ ਤੂੰ ਬਾਜਾ ਹਜੇ ਤੇਰੇ ਕੋਲ ਸਮਾਂ ਹੈਗਾ ਅਤੇ ਨਹੀਂ ਤਾਂ ਤੇਰਾ ਕੰਮ ਖਰਾਬ ਹੀ ਆ ਮੈਂ ਤਾਂ ਇੰਨੀਆਂ ਬੇਨਤੀਆਂ ਕਰੂੰਗਾ ਵੀ ਅਸੀਂ ਬਿਲਕੁਲ ਟਸ ਤੋਂ ਮਸ ਸਾਡਾ ਕਾਫਲਾ ਵੱਧਦਾ ਹੀ ਜਾਣਾ ਭੈਣਾਂ ਉੱਠ ਖੜੀਆਂ ਪਿੰਡਾਂ ਦੀਆਂ ਬਾਈ ਉੱਠ ਖੜੇ ਜਿੰਨੇ ਸਾਡੇ ਕਿਸਾਨ ਮਜ਼ਦੂਰ ਜਵਾਨ ਸਾਰੇ ਤਤਪਰ ਆ ਅਸੀਂ ਸਾਰੇ ਰੈਡੀ ਹਾਂ ਮੋਦੀ ਸਾਹਿਬ ਨੂੰ ਦੁਆਰਾ ਅਪੀਲ ਕਰਦੇ ਹਾਂ ਵੀ ਮੋਦੀ ਸਾਹਿਬ ਸਿਆਣਾ ਬਣ ਜਾ ਅਤੇ ਕਾਨੂੰਨ ਵਾਪਸ ਲੈਣਾ ਅਤੇ ਨਾਲੇ ਅਸੀਂ ਸੁੱਖ ਦੀ ਜ਼ਿੰਦਗੀ ਜਿਉਂਗੇ ਨਾਲੇ ਤੂੰ ਜਿਉ ਅਤੇ ਨਹੀਂ ਸਾਡਾ ਤਾਂ ਕੋਈ ਨਹੀਂ ਸੱਪਾਂ ਦੀਆਂ ਸਿਰੀਆਂ ਮਹਿਦੇ ਹਾਂ ਰਾਤ ਨੂੰ ਗੁਰਬਚਨ ਸਿੰਘ ਚੰਦੂਵਾਲਾ ਜ਼ਿਲ੍ਹਾ ਵਿੱਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਜੇ ਤੁਹਾਡੇ ਵੱਲੋਂ ਜੇ ਕਾਫਲਾ ਲੈ ਕੇ ਜਾਇਆ ਜਾ ਰਿਹਾ ਜੀ ਅਸੀਂ ਜੀ ਅੱਜ 7 ਮਹੀਨੇ ਹੋ ਗਏ ਸਾਨੂੰ 26 ਨਵੰਬਰ ਤੋਂ ਉੱਥੇ ਦਿੱਲੀ ਦੇ ਗੁਰੂਹਾਂ 'ਤੇ ਬੈਠਿਆਂ ਨੂੰ ਅਸੀਂ ਅੱਜ 7 ਮਹੀਨੇ ਦਾ ਜਿਹੜਾ ਆਪਦਾ ਹੈਗਾ ਇਹ ਆਪਣਾ ਰਾਜਪਾਲ ਭਵਨ ਦੇ ਵਿੱਚ ਪਹੁੰਚ ਕੇ ਰਾਜਪਾਲ ਪੰਜਾਬ ਨੂੰ ਅਸੀਂ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ ਕਿ ਸਾਡੀਆਂ 7 ਮਹੀਨਿਆਂ ਤੋਂ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ ਔਰ ਅਸੀਂ ਸੰਵਿਧਾਨਕ ਤੌਰ 'ਤੇ ਸਾਰੇ ਰਸਤੇ ਜਿਹੜੇ ਸਰਕਾਰ ਦੇ ਉਹ ਬੰਦ ਕਰਨ ਵਾਸਤੇ ਜਾ ਰਹੇ ਹਾਂ ਕਿਉਂਕਿ ਸਾਨੂੰ ਜਿਹੜਾ ਇਹ ਕੋਰਟਾਂ ਦੇ ਵਿੱਚ ਵੀ ਜੇ ਕੇਸ ਜਾਂਦੇ ਆ ਤਾਂ ਉਹਦੇ ਵਾਸਤੇ ਸਾਨੂੰ ਜਿਹੜੀ ਉੱਥੋਂ ਰਾਹਤ ਮਿਲੇ ਕਿ ਅਸੀਂ ਸਾਰੇ ਆਪਦੇ ਹਿੱਲੇ ਵਰਤੇ ਆ ਅਸੀਂ ਇਹਨਾਂ ਨੂੰ ਸਰਕਾਰ ਨੂੰ ਆਪਣਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਇਹਨਾਂ ਨੇ ਸਾਨੂੰ ਅਣਗੌਲਿਆ ਕੀਤਾ ਸਰ ਅੱਜ ਕਿੰਨੇ ਕੁ ਕਿਸਾਨਾਂ ਦਾ ਕਾਫਲਾ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਚੰਡੀਗੜ੍ਹ 1000 ਬੰਦੇ ਦਾ ਜਥਾ ਜੀ ਜਿਹੜਾ ਇੱਥੋਂ ਮੋਗੇ ਜ਼ਿਲ੍ਹੇ ਤੋਂ ਜਾ ਰਿਹਾ ਔਰ ਬਾਕੀ ਸਾਰੇ 5 ਜ਼ਿਲ੍ਹੇ ਵਾਪਸ ਅੱਗੇ ਦੀ ਅੱਗੇ ਆ ਰਹੇ ਆ ਬਹੁਤ ਸੰਗਤ ਨਿਕਲ ਗਈ ਹੈ ਇਸ ਵਾਰ ਜਿਹੜਾ ਹੈਗਾ ਕਿਸਾਨਾਂ ਦਾ ਇੰਨਾ ਕੁ ਉਤਸ਼ਾਹ ਹੈ ਕਿ ਉਹ ਜਥੇਬੰਦੀਆਂ ਤੋਂ ਬਗੈਰ ਆਪਣੇ ਵਹੀਕਲਾਂ 'ਤੇ ਚੰਡੀਗੜ੍ਹ ਨੂੰ ਰਵਾਨਾ ਹੋ ਰਹੇ ਆ ਕਿਸਾਨਾਂ ਨਾਲ ਕਿੰਨੀ ਵਾਰ ਮੀਟਿੰਗ ਹੋਈ ਹੈ